ਸਤਨਾਮ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ। ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖਨਾ ਪੜੈ ਆਣਾ। ਦਰਗ ਹੈ ਪੜੀਐ ਤੀਨੇ ਲੇਖ, ਖੋਟਾ ਕਾਮ ਨ ਆਵੈ ਵੇਖ। ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖਨਾ ਪੜੈ ਆਣਾ। ਦਰਗ ਹੈ ਪੜੀਐ ਤੀਨੇ ਲੇਖ, ਖੋਟਾ ਕਾਮ ਨ ਆਵੈ ਵੇਖ। ਨਾਨਕ ਜੇ ਵਿੱਚ ਰੂਪਾ ਹੋਏ, ਖਰਾ ਖਰਾ ਆਖੈ ਸਭ ਕੋਏ ਰਹਾਉ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਕਾਏ। ਜੋਗੀ ਜੁਗਤ ਨ ਜਾਣੈ ਅੰਧ, ਤੀਨੇ ਉਹ ਜਾੜੇ ਕਾ ਬੰਧ। ਸੋ ਜੋਗੀ ਜੋ ਜੁਗਤ ਪਛਾਣੈ, ਗੁਰ ਪ੍ਰਸਾਦੀ ਏਕੋ ਜਾਣੈ। ਕਾਜੀ ਸੋ ਜੋ ਉਲਟੀ ਕਰੈ, ਗੁਰ ਪ੍ਰਸਾਦੀ ਜੀਵਤ ਮਰੈ। ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ, ਆਪ ਤਰੈ ਸਗਲੇ ਕੁਲ ਤਾਰੈ। ਦਾਨ ਸੰਬੰਧ ਸੋਈ ਦਿਲ ਧੋਵੈ, ਮੁਸਲਮਾਨ ਸੋਈ ਮਲ ਖੋਵੈ। ਪੜਿਆ ਬੁਝੈ ਸੋ ਪ੍ਰਵਾਨ, ਜਿਸ ਤਿਰ ਦਰਗਾਹ ਕਾ ਨਿਸ਼ਾਨ। ਦਾਨ ਸੰਬੰਧ ਸੋਈ ਦਿਲ ਧੋਵੈ, ਮੁਸਲਮਾਨ ਸੋਈ ਮਲ ਖੋਵੈ। ਪੜਿਆ ਬੁਝੈ ਸੋ ਪ੍ਰਵਾਨ, ਜਿਸ ਸਿਰ ਦਰਗਹਿ ਕਾ ਨਿਸ਼ਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਅੱਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਜੀ ਦੇ ਧਨਾਸਰੀ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ। ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ, ਇਹ ਮਨੁੱਖਾ ਸਰੀਰ ਮਾਨੋ ਇੱਕ ਕਾਗਜ਼ ਹੈ, ਅਤੇ ਮਨੁੱਖ ਦਾ ਮਨ ਸਰੀਰ ਕਾਗਜ਼ ਉੱਤੇ ਲਿਖਿਆ ਹੋਇਆ ਦਰਗਾਹੀ ਪਰਵਾਨਾ ਹੈ। ਪਰ ਮੂਰਖ ਮਨੁੱਖ ਆਪਣੇ ਮੱਥੇ ਦੇ ਇਹ ਲੇਖ ਨਹੀਂ ਪੜ੍ਹਦਾ, ਭਾਵ ਇਹ ਸਮਝਣ ਦਾ ਯਤਨ ਨਹੀਂ ਕਰਦਾ ਕਿ ਉਸਦੇ ਪਿਛਲੇ ਕੀਤੇ ਕਰਮਾਂ ਅਨੁਸਾਰ ਕਿਹੋ ਜਿਹੇ ਸੰਸਕਾਰ ਲੇਖ ਉਸਦੇ ਮਨ ਵਿੱਚ ਮੌਜੂਦ ਹਨ, ਜੋ ਉਸ ਨੂੰ ਹੁਣ ਹੋਰ ਪ੍ਰੇਰਣਾ ਕਰ ਰਹੇ ਹਨ। ਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿ ਕੇ ਕੀਤੇ ਹੋਏ ਕੰਮਾਂ ਦੇ ਸੰਸਕਾਰ ਰੱਬੀ ਨਿਯਮ ਅਨੁਸਾਰ ਹਰੇਕ ਮਨੁੱਖ ਦੇ ਮਨ ਵਿੱਚ ਉੱਕਰੇ ਜਾਂਦੇ ਹਨ। ਪਰ ਹੇ ਭਾਈ ਵੇਖ, ਜਿਵੇਂ ਕੋਈ ਖੋਟਾ ਸਿੱਕਾ ਕੰਮ ਨਹੀਂ ਆਉਂਦਾ, ਤਿਵੇਂ ਖੋਟੇ ਕੀਤੇ ਕੰਮਾਂ ਦਾ ਖੋਟਾ ਸੰਸਕਾਰ ਲੇਖ ਵੀ ਕੰਮ ਨਹੀਂ ਆਉਂਦਾ। ਹੇ ਨਾਨਕ, ਜੇ ਰੁਪਏ ਆਦਿਕ ਸਿੱਕੇ ਵਿੱਚ ਚਾਂਦੀ ਹੋਵੇ ਤਾਂ ਹਰ ਕੋਈ ਉਸਨੂੰ ਖਰਾ ਸਿੱਕਾ ਆਖਦਾ ਹੈ। ਇਸੇ ਤਰ੍ਹਾਂ ਜਿਸ ਮਨ ਵਿੱਚ ਪਵਿੱਤਰਤਾ ਹੋਵੇ ਉਸ ਨੂੰ ਖਰਾ ਆਖਿਆ ਜਾਂਦਾ ਹੈ। ਠਹਿਰਾਓ ਕਾਜੀ, ਜੋ ਇੱਕ ਪਾਸੇ ਤਾਂ ਇਸਲਾਮੀ ਧਰਮ ਦਾ ਨੇਤਾ ਹੈ ਅਤੇ ਦੂਜੇ ਪਾਸੇ ਹਾਕਮ ਵੀ ਹੈ, ਰਿਸ਼ਵਤ ਦੀ ਖਾਤਰ ਸ਼ਰਈ ਕਾਨੂੰਨ ਬਾਰੇ ਝੂਠ ਬੋਲ ਕੇ ਹਰਾਮ ਦਾ ਮਾਲ ਰਿਸ਼ਵਤ ਖਾਂਦਾ ਹੈ, ਬ੍ਰਾਹਮਣਾਂ ਕਰੋੜਾਂ ਸੋਦਰ ਅਖਵਾਉਂਦੇ ਬੰਦਿਆਂ ਨੂੰ ਦੁਖੀ ਕਰ ਕਰਕੇ ਤੀਰਥ ਇਸ਼ਨਾਨ ਵੀ ਕਰਦਾ ਹੈ, ਜੋਗੀ ਵੀ ਅੰਨਾ ਹੈ ਅਤੇ ਜੀਵਨ ਦੀ ਜਾਂਚ ਨਹੀਂ ਜਾਣਦਾ। ਇਹ ਤਿੰਨੇ ਆਪਣੇ
ਵੱਲੋਂ ਧਰਮ ਨੇਤਾ ਹਨ, ਪਰ ਇਹਨਾਂ ਤਿੰਨਾਂ ਦੇ ਹੀ ਅੰਦਰ ਆਤਮਕ ਜੀਵਨ ਵੱਲੋਂ ਸੁੰਨ ਹੀ ਸੁੰਨ ਹੈ। ਅਸਲ ਯੋਗੀ ਉਹ ਹੈ ਜੋ ਜੀਵਨ ਦੀ ਸਹੀ ਜਾਂਚ ਸਮਝਦਾ ਹੈ ਅਤੇ ਗੁਰੂ ਦੀ ਕਿਰਪਾ ਨਾਲ ਇੱਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਉਂਦਾ ਹੈ। ਕਾਜੀ ਉਹ ਹੈ ਜੋ ਸੁਰਤ ਨੂੰ ਹਰਾਮ ਦੇ ਮਾਲ ਵੱਲੋਂ ਮੋੜਦਾ, ਜੋ ਗੁਰੂ ਦੀ ਕਿਰਪਾ ਨਾਲ ਦੁਨੀਆ ਵਿੱਚ ਰਹਿੰਦਾ ਹੋਇਆ ਦੁਨਿਆਵੀ ਖਾਹਿਸ਼ਾਂ ਵੱਲੋਂ ਪਰਤਦਾ ਹੈ। ਬ੍ਰਾਹਮਣ ਉਹ ਹੈ ਜੋ ਸਰਵ ਵਿਆਪਕ ਪ੍ਰਭੂ ਵਿੱਚ ਸੁਰਤ ਜੋੜਦਾ ਹੈ। ਇਸ ਤਰ੍ਹਾਂ ਆਪ ਵੀ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘਦਾ ਅਤੇ ਆਪਣੀਆਂ ਸਾਰੀਆਂ ਕੁੱਲਾਂ ਨੂੰ ਵੀ ਲੰਘਾ ਲੈਂਦਾ ਹੈ। ਉਹੀ ਮਨੁੱਖ ਅਕਲਵੰਦ ਹੈ ਜੋ ਆਪਣੇ ਦਿਲ ਵਿੱਚ ਟਿਕੀ ਹੋਈ ਬੁਰਾਈ ਨੂੰ ਦੂਰ ਕਰਦਾ। ਉਹੀ ਮੁਸਲਮਾਨ ਹੈ ਜੋ ਮਨ ਵਿੱਚੋਂ ਵਿਕਾਰਾਂ ਦੀ ਮੈਲ ਦੀ ਨਾਸ ਕਰਦਾ ਹੈ। ਉਹੀ ਵਿਦਵਾਨ ਹੈ ਜੋ ਜੀਵਨ ਦਾ ਸਹੀ ਰਸਤਾ ਸਮਝਦਾ ਹੈ, ਉਸਦੇ ਮੱਥੇ ਉੱਤੇ ਦਰਗਾਹ ਦਾ ਟਿੱਕਾ ਲੱਗਦਾ ਹੈ, ਉਹੀ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਸ ਇਜ਼ ਟੁਡੇਜ਼ ਹੁਕਮਨਾਮਾ ਫਰੋਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਅਟਡ ਬਾਈ ਅਵਰ ਫਸਟ ਗੁਰੂ, ਗੁਰੂ ਨਾਨਕ ਦੇਵ ਜੀ, ਅੰਡਰ ਹੈਡਿੰਗ ਧਨਾਸਰੀ ਫਸਟ ਮਹਿਲ। ਗੁਰੂ ਸਾਹਿਬ ਜੀ ਸੇ ਦੈਟ ਦ ਬੋਡੀ ਇਜ਼ ਦਾ ਪੇਪਰ ਐਂਡ ਦਾ ਮਾਇੰਡ ਇਜ਼ ਦਾ ਇਨਸਕ੍ਰਿਪਸ਼ਨ ਰਿਟਨ ਅਪਾਊਨ ਇਟ। ਦ ਇਗਨੋਰੈਂਟ ਫੂਲ ਡਜ਼ ਨਾਟ ਰੀਡ ਵਟ ਇਜ਼ ਰਿਟਨ ਔਨ ਹਿਜ਼ ਫੋਰਹੈਡ। ਇਨ ਦ ਕੋਰਟ ਆਫ ਦਾ ਲੋਰਡ 3 ਇਨਸਕ੍ਰਿਪਸ਼ਨਸ ਆਰ ਰਿਕਾਰਡਡ। ਬੀਹੋਲਡ ਦਾ ਕੌਂਟਰਫੀਟ ਕੋਇਨ ਇਜ਼ ਵਰਥਲੈਸ ਦੇਅਰ। ਓ ਨਾਨਕ, ਇਫ ਦੇਅਰ ਇਜ਼ ਅ ਸਿਲਵਰ ਇਨ ਇਟ, ਦੈਨ ਐਵਰੀ ਵਨ ਪ੍ਰੋਕਲੇਮਸ ਇਟ ਇਜ਼ ਜੈਨੂਅਨ, ਇਟ ਇਜ਼ ਜੈਨੂਅਨ। ਪਾਜ਼। ਦ ਕੋਜ਼ੀ tells lies and eats filth, the brahman kills and then takes cleansing baths, the yogi is blind and does not know the way, the three of them devise their own destructions, he alone is a yogi who understands the way, by guru's grace he knows the one lord, he alone is the qazi who turns away from the world and who by guru's grace remains dead while yet alive, he alone is a brahman who contemplates god, he saves himself and saves all his generations as well, one who cleanses his own mind is wise, one who cleanses himself of impurity is a Muslim, one who reads the and understands is acceptable, upon his forehead is insignia of the court of the Lord. Vaheguru Ji Ka Khalsa, Vaheguru Ji Ki Fateh.